ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਪ੍ਰਿੰਦਰ ਐਜੂਕੇਸ਼ਨ ਵਿੱਚ ਅੱਜ ਅਸੀਂ ਸਿਕਸ ਦੇ ਮਹੱਤਵਪੂਰਨ ਟਾਪਿਕ ਪ੍ਰੈਜ਼ੀਡੈਂਟ ਜਾਨੀ ਕਿ ਰਾਸ਼ਟਰਪਤੀ ਬਾਰੇ ਪੜ੍ਹਾਂਗੇ ਤਾਂ ਵੀਡੀਓ ਸ਼ੁਰੂ ਕਰਦੇ ਹਾਂਗੇ ਭਾਰਤੀ ਸੰਵਿਧਾਨ ਦਾ ਜਿਹੜਾ ਭਾਗ 5 ਹੈਗਾ ਇਹ ਸੰਘੀ ਸ਼ਾਸਨ ਵਿਵਸਥਾ ਨਾਲ ਸੰਬੰਧਿਤ ਹੈਗਾ ਜਿਦੇ ਵਿੱਚ ਆਰਟੀਕਲ 52 ਦੇ ਵਿੱਚ ਇਹ ਕਿਹਾ ਗਿਆਗਾ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ ਜਿਸ ਦੇ ਨਾਂ ਉੱਤੇ ਭਾਰਤ ਦਾ ਪੂਰਾ ਸ਼ਾਸਨ ਚਲਾਇਆ ਜਾਵੇਗਾ ਸੰਵਿਧਾਨ ਦੇ ਅਨੁਸਾਰ ਜਿਹੜੀਆਂ ਕਾਰਜਕਾਰੀ ਸ਼ਕਤੀਆਂ ਨੇਗੀਆਂ ਉਹ ਰਾਸ਼ਟਰਪਤੀ ਨੂੰ ਦਿੱਤੀਆਂ ਗਈਆਂ ਨੇ ਪਰ ਅਸਲ ਦੇ ਵਿੱਚ ਜਿਹੜੀਆਂ ਸ਼ਕਤੀਆਂ ਨੇਗੀਆਂ ਉਹਨਾਂ ਦੇ ਵਰਤੋਂ ਪ੍ਰਧਾਨ ਮੰਤਰੀ ਕਰਦਾਗਾ ਅੱਗੇ ਗੱਲ ਕਰਦੇ ਆਂਗੇ ਆਰਟੀਕਲ 53 ਦੀ ਇਸ ਆਰਟੀਕਲ ਦੇ ਵਿੱਚ ਨਾ ਰਾਸ਼ਟਰਪਤੀ ਦੇ ਕਾਰਜ ਤੇ ਸ਼ਕਤੀਆਂ ਦਾ ਵਰਣਨ ਕੀਤਾ ਗਿਆ ਹੈਗਾ ਅੱਗੇ ਗੱਲ ਕਰਦੇ ਹਾਂਗੇ ਆਰਟੀਕਲ 54 ਦੀ ਜਿਹੜਾ ਕਿ ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਆਗਾ ਇਸ ਤੋਂ ਸਾਨੂੰ ਇਹ ਪਤਾ ਲੱਗਦਾਗਾ ਕਿ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਕੌਣ-ਕੌਣ ਭਾਗ ਲੈਂਦਾਗਾ ਤੇ ਕੌਣ ਨਹੀਂ ਲੈਂਦਾ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂਗੇ ਕਿ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਕੌਣ ਭਾਗ ਲੈਂਦਾ ਹੈ ਤਾਂ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਰਾਜ ਸਭਾ ਦੇ ਚੁਣੇ ਹੋਏ ਮੈਂਬਰ, ਲੋਕ ਸਭਾ ਦੇ ਚੁਣੇ ਹੋਏ ਮੈਂਬਰ, ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਤੇ ਇਸ ਤੋਂ ਇਲਾਵਾ ਦਿੱਲੀ ਅਤੇ ਪੰਡਿਚਰੀ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਨੇ ਜਿਹੜੇ ਉਹ ਭਾਗ ਲੈਂਦੇ ਨੇਗੇ। ਦੂਜੇ ਪਾਸੇ ਗੱਲ ਕਰਦੇ ਹਾਂ ਕਿ ਕੌਣ ਭਾਗ ਨਹੀਂ ਲੈਂਦਾ? ਤਾਂ ਇਹਦੇ ਵਿੱਚ ਵਿਧਾਨ ਪਰਿਸ਼ਦ ਦੇ ਮੈਂਬਰ, ਲੋਕ ਸਭਾ, ਰਾਜ ਸਭਾ, ਵਿਧਾਨ ਮੰਡਲ, ਦਿੱਲੀ ਤੇ ਪੰਡਿਚਰੀ ਵਿਧਾਨ ਸਭਾ ਦੇ ਜਿਹੜੇ ਨਾਮਜ਼ਦ ਮੈਂਬਰ ਨੇ ਉਹ ਭਾਗ ਨਹੀਂ ਲੈਂਦੇ। ਇਹ ਸਭ ਤੁਸੀਂ ਧਿਆਨ ਦੇ ਵਿੱਚ ਰੱਖਣਾਗਾ ਕਿਉਂਕਿ ਇੱਥੋਂ ਜਿਹੜਾ ਪ੍ਰਸ਼ਨ ਆਗਾ ਉਹ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾਗਾ ਅੱਗੇ ਆਪਾਂ ਦੇਖਦੇ ਹਾਂਗੇ ਆਰਟੀਕਲ 55 ਨੂੰ ਆਰਟੀਕਲ ਜਿਹੜਾ 55 ਗਾ ਇਹਦੇ ਵਿੱਚ ਰਾਸ਼ਟਰਪਤੀ ਦੀ ਚੋਣ ਵਿਧੀ ਦਾ ਵਰਣਨ ਕੀਤਾ ਗਿਆਗਾ ਤੇ ਰਾਸ਼ਟਰਪਤੀ ਦੀ ਜਿਹੜੀ ਚੋਣ ਆਗੀ ਉਹ ਅਨੁਪਾਤਿਕ ਪ੍ਰਣਾਲੀ ਦੁਆਰਾ ਕੀਤੀ ਜਾਂਦੀ ਹੈਗੀ ਅੱਗੇ ਹੈਗਾਗਾ ਆਰਟੀਕਲ 55 ਇਸ ਆਰਟੀਕਲ ਦੇ ਅਨੁਸਾਰ ਰਾਸ਼ਟਰਪਤੀ ਜਿਹੜਾ ਕਾਰਜਕਾਲ ਆਗਾ ਉਹ 5 ਸਾਲ ਦਾ ਹੋਵੇਗਾ ਤੇ ਜੇਕਰ ਰਾਸ਼ਟਰਪਤੀ ਚਾਹੇ ਤਾਂ ਉਹ 5 ਸਾਲ ਤੋਂ ਪਹਿਲਾਂ ਵੀ ਆਪਣਾ ਤਿਆਗ ਪੱਤਰ ਆ ਜਿਹੜਾ ਉਹ ਉਪ ਰਾਸ਼ਟਰਪਤੀ ਨੂੰ ਦੇ ਸਕਦਾਗਾ ਜਿਹੜਾ ਕਿ ਕਾਫੀ ਜ਼ਿਆਦਾ ਇੰਪੋਰਟੈਂਟ ਆਗਾ ਤੇ ਤੁਹਾਨੂੰ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾ ਸਕਦਾਗਾ ਕਿ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾਗਾ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾਗਾ ਕਿ ਜੇਕਰ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੁੰਦਾਗਾ ਤਾਂ ਉਪ ਰਾਸ਼ਟਰਪਤੀ ਹੈ ਜਿਹੜਾ ਉਹ 6 ਮਹੀਨਿਆਂ ਤੱਕ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਾਗਾ ਤੇ 6 ਮਹੀਨਿਆਂ ਦੇ ਵਿੱਚ ਵਿੱਚ ਨਵੇਂ ਰਾਸ਼ਟਰਪਤੀ ਲਈ ਚੋਣਾਂ ਕਰਵਾਉਣੀ ਆ ਜ਼ਰੂਰੀ ਨਿਗੀਆਂ ਅੱਗੇ ਗੱਲ ਕਰਦੇ ਆਂਗੇ ਆਰਟੀਕਲ 58 ਦੀ ਇਸ ਦੇ ਵਿੱਚ ਰਾਸ਼ਟਰਪਤੀ ਬਣਨ ਦੀਆਂ ਯੋਗਤਾਵਾਂ ਦਾ ਵਰਣਨ ਕੀਤਾ ਗਿਆਗਾ ਤੇ ਰਾਸ਼ਟਰਪਤੀ ਬਣ ਲਈ ਕਿਹੜੀਆਂ ਯੋਗਤਾਵਾਂ ਹੋਣੀਆਂ ਜ਼ਰੂਰੀ ਨਿਗੀਆਂ ਆਪਾਂ ਉਹਨਾਂ ਦੀ ਗੱਲ ਕਰਦੇ ਆਂਗੇ ਜਿਵੇਂ ਪਹਿਲਾ ਪੁਆਇੰਟ ਹੈਗਾਗਾ ਕਿ ਰਾਸ਼ਟਰਪਤੀ ਬਣਨ ਲਈ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈਗਾ ਦੂਸਰਾ ਪੁਆਇੰਟ ਹੈਗਾਗਾ ਕਿ ਰਾਸ਼ਟਰਪਤੀ ਬਣਨ ਲਈ ਜਿਹੜੀ ਘੱਟੋ ਘੱਟ ਉਮਰ ਆ ਗਈ ਉਹ 35 ਸਾਲ ਹੋਣੀ ਚਾਹੀਦੀ ਹੈਗੀ ਜਿਹੜਾ ਕਿ ਕਾਫੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈਗਾ ਤੇ ਇਹ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾਗਾ ਤੀਸਰਾ ਪੁਆਇੰਟ ਹੈਗਾਗਾ ਕਿ ਵਿਅਕਤੀ ਲੋਕ ਸਭਾ ਦਾ ਮੈਂਬਰ ਬਣਨ ਦੇ ਯੋਗ ਹੋਵੇ ਮਤਲਬ ਕਿ ਉਹਦੇ ਵਿੱਚ ਲੋਕ ਸਭਾ ਦਾ ਮੈਂਬਰ ਬਣਨ ਦੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਨੀਂਗੀਆਂ ਰਾਸ਼ਟਰਪਤੀ ਆ ਜਿਹੜਾ ਉਹ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੁੰਦਾ ਹੈਗਾ ਪਰ ਸੰਸਦ ਦਾ ਇੱਕ ਮਹੱਤਵਪੂਰਨ ਅੰਗ ਹੁੰਦਾ ਹੈਗਾ ਚੌਥਾ ਪੁਆਇੰਟ ਹੈਗਾ ਕਿ ਜੋ ਵਿਅਕਤੀ ਰਾਸ਼ਟਰਪਤੀ ਬਣਨਾ ਚਾਹੁੰਦਾਗਾ ਉਹ ਕਿਸੇ ਲਾਭਦਾਇਕ ਅਹੁਦੇ ਉੱਤੇ ਨਹੀਂ ਹੋਣਾ ਚਾਹੀਦਾ ਮਤਲਬ ਕਿ ਕੋਈ ਸਰਕਾਰੀ ਨੌਕਰੀ ਦੇ ਅਹੁਦੇ ਤੇ ਉਹ ਨਹੀਂ ਹੋਣਾ ਚਾਹੀਦਾ ਇੰਨਾਂ ਯੋਗਤਾਵਾਂ ਤੋਂ ਇਲਾਵਾ ਸੰਸਦ ਦੇ 50 ਮੈਂਬਰਾਂ ਦੁਆਰਾ ਉਸ ਦਾ ਜਿਹੜਾ ਨਾਮ ਆਗਾ ਉਹ ਰეკਮੈਂਡ ਕੀਤਾ ਹੋਣਾ ਚਾਹੀਦਾਗਾ ਤੇ ਇੰਪੋਰਟੈਂਟ ਪੁਆਇੰਟ ਇਹ ਵੀ ਆ ਕਿ ਜੇਕਰ ਕੋਈ ਵਿਅਕਤੀ ਰਾਸ਼ਟਰਪਤੀ ਦੀ ਚੋਣ ਲੜਦਾਗਾ ਤਾਂ ਉਹਨੂੰ 15000 ਜਿਹੜੀ ਜ਼ਮਾਨਤ ਰਕਮੀ ਆ ਉਹ ਉਹ ਆਰਬੀਆਈ ਬੈਂਕ ਜਾਂ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਣੀ ਜ਼ਰੂਰੀ ਆਗੀ ਤੇ ਜੇਕਰ ਉਹ ਕੁੱਲ ਵੋਟਾਂ ਦਾ 1/6 ਹਿੱਸਾ ਹਾਸਲ ਨਹੀਂ ਕਰਦਾ ਤਾਂ ਜਿਹੜੀ ਉਹਦੀ ਜ਼ਮਾਨਤ ਰਕਮੀ ਆਗੀ ਉਹ ਜ਼ਬਤ ਕਰ ਲਈ ਜਾਂਦੀ ਹੈ ਅੱਗੇ ਗੱਲ ਕਰਦੇ ਹਾਂਗੇ ਆਰਟੀਕਲ 60 ਦੀ ਇਸ ਆਰਟੀਕਲ ਦੇ ਵਿੱਚ ਇਹ ਦੱਸਿਆ ਗਿਆਗਾ ਕਿ ਰਾਸ਼ਟਰਪਤੀ ਨੂੰ ਸੌਂਹ ਸਰਵੋੱਚ ਅਦਾਲਤ ਦਾ ਮੁੱਖ ਜੱਜ ਚਕਾਉਂਦਾਗਾ ਤੇ ਆਰਟੀਕਲ 61 ਦੇ ਵਿੱਚ ਰਾਸ਼ਟਰਪਤੀ ਨੂੰ ਹਟਾਉਣ ਦੀ ਵਿਧੀ ਦਾ ਵਰਣਨ ਕੀਤਾ ਗਿਆਗਾ ਜਿਹਨੂੰ ਆਪਾਂ ਮਹਾਦੋਸ਼ ਦੀ ਕਾਰਵਾਈ ਬੋਲਦੇ ਹਾਂਗੇ ਜਿਹੜੇ ਇਹ ਦੋ ਆਰਟੀਕਲ ਨੇ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਨੇਗੇ ਤੇ ਇਹ ਐਗਜ਼ਾਮ ਦੇ ਵਿੱਚ ਵੀ ਪੁੱਛੇ ਜਾ ਸਕਦੇ ਨੇ ਅੱਗੇ ਗੱਲ ਕਰਦੇ ਆਂਗੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਪਹਿਲਾਂ ਆਪਾਂ ਨਿਯੁਕਤੀ ਸੰਬੰਧੀ ਸ਼ਕਤੀਆਂ ਦੀ ਗੱਲ ਕਰਦੇ ਆਂਗੇ ਮਤਲਬ ਕਿ ਕਿਹੜੀਆਂ-ਕਿਹੜੀਆਂ ਨਿਯੁਕਤੀਆਂ ਨੇਗੀਆਂ ਜੋ ਰਾਸ਼ਟਰਪਤੀ ਕਰਦਾਗਾ ਪਹਿਲਾ ਪੁਆਇੰਟ ਹੈਗਾਗਾ ਪ੍ਰਧਾਨ ਮੰਤਰੀ ਦੀ ਨਿਯੁਕਤੀ ਮਤਲਬ ਕਿ ਜਿਹੜਾ ਰਾਸ਼ਟਰਪਤੀ ਹੈਗਾ ਉਸ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾਗਾ ਜੋ ਲੋਕ ਸਭਾ ਦੇ ਵਿੱਚ ਬਹੁਮਤ ਦਲ ਦਾ ਨੇਤਾ ਹੁੰਦਾਗਾ ਦੂਸਰੀ ਨਿਯੁਕਤੀ ਹੈਗੀ ਆਗੀ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਇਹ ਜਿਹੜੀ ਨਿਯੁਕਤੀ ਹੈਗੀ ਇਹ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਕਰਦਾਗਾ ਤੀਸਰਾ ਪੁਆਇੰਟ ਹੈਗਾਗਾ ਕਿ ਰਾਸ਼ਟਰਪਤੀ ਦੁਆਰਾ ਰਾਜਾ ਵਿੱਚ ਰਾਜਪਾਲ ਦੀ ਨਿਯੁਕਤੀ ਕੀਤੀ ਜਾਂਦੀ ਹੈਗੀ ਚੌਥਾ ਪੁਆਇੰਟ ਹੈਗਾਗਾ ਸਰਵਉੱਚ ਅਦਾਲਤ ਜਿਹੜੇ ਮੁੱਖ ਜੱਜ ਨੇ ਤੇ ਮੁੱਖ ਜੱਜ ਦੀ ਸਹਾਇਤਾ ਦੇ ਨਾਲ ਜਿਹੜਾ ਰਾਸ਼ਟਰਪਤੀ ਆ ਉਹ ਹੋਰ ਜੱਜਾਂ ਦੀ ਨਿਯੁਕਤੀ ਕਰਦਾਗਾ ਪੰਜਵਾਂ ਪੁਆਇੰਟ ਰਿਲੇਟਡ ਹੈਗਾਗਾ ਉੱਚ ਅਦਾਲਤਾਂ ਦੇ ਮੁੱਖ ਜੱਜ ਤੇ ਹੋਰ ਜੱਜਾਂ ਦੀ ਨਿਯੁਕਤੀ ਨਾਲ 6ਵਾਂ ਪੁਆਇੰਟ ਹੈਗਾਗਾ ਰਾਸ਼ਟਰਪਤੀ ਦੁਆਰਾ ਚੋਣ ਕਮਿਸ਼ਨਰ ਦੀ ਨਿਯੁਕਤੀ ਕੀਤੀ ਜਾਂਦੀ ਹੈਗੀ 7ਵਾਂ ਪੁਆਇੰਟ ਰਿਲੇਟਡ ਹੈਗਾਗਾ ਵਿਦੇਸ਼ੀ ਰਾਜਦੂਤਾਂ ਦੀ ਨਿਯੁਕਤੀ ਨਾਲ ਜੋ ਕਿ ਰਾਸ਼ਟਰਪਤੀ ਕਰਦਾਗਾ 8ਵਾਂ ਪੁਆਇੰਟ ਹੈਗਾਗਾ ਅਟਾਰਨੀ ਜਨਰਲ ਦੀ ਨਿਯੁਕਤੀ ਜਿਹਨੂੰ ਆਪਾਂ ਏਜੀ ਬੋਲਦੇ ਹਾਂਗੇ ਉਹਦੀ ਨਿਯੁਕਤੀ ਵੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈਗੀ 9ਵਾਂ ਪੁਆਇੰਟ ਹੈਗਾਗਾ ਰਾਜ ਸਭਾ ਵਿੱਚ 12 ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਦਾਗਾ ਤੇ ਇਹ ਮੈਂਬਰ ਉਹ ਹੁੰਦੇ ਨੇ ਜਿਨ੍ਹਾਂ ਨੇ ਕਲਾ ਵਿਗਿਆਨ ਸਾਹਿਤ ਖੇਲ ਦੇ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੁੰਦੀ ਹੈਗੀ ਇਸ ਤੋਂ ਇਲਾਵਾ ਲੋਕ ਸਭਾ ਵਿੱਚ ਐਂਗਲੋ ਇੰਡੀਅਨ ਸਮੁਦਾਇ ਦੇ ਜਿਹੜੇ ਦੋ ਮੈਂਬਰ ਨੇ ਉਹ ਵੀ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇਗੇ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪ੍ਰੀਸ਼ਦ ਜਿਹੜਾ ਗਠਨ ਆਗਾ ਉਹ ਵੀ ਰਾਸ਼ਟਰਪਤੀ ਦੁਆਰਾ ਕੀਤਾ ਜਾਂਦਾਗਾ ਤੇ ਇਹਦਾ ਵਰਣਨ ਆਰਟੀਕਲ 263 ਦੇ ਵਿੱਚ ਕੀਤਾ ਗਿਆਗਾ ਤੇ ਵਿੱਤ ਅਯੋਗ ਦਾ ਜਿਹੜਾ ਗਠਨ ਆਗਾ ਉਹ ਵੀ ਰਾਸ਼ਟਰਪਤੀ ਕਰਦਾਗਾ ਜੀ ਦੀ ਵਿਵਸਥਾ ਆਰਟੀਕਲ 280 ਦੇ ਵਿੱਚ ਕੀਤੀ ਗਈ ਆਗੀ ਇਸ ਤੋਂ ਇਲਾਵਾ ਐਸਸੀ ਐਸਟੀ ਓਬੀਸੀ ਅਯੋਗ ਦਾ ਗਠਨ ਵੀ ਰਾਸ਼ਟਰਪਤੀ ਦੁਆਰਾ ਕੀਤਾ ਜਾਂਦਾਗਾ ਅੱਗੇ ਗੱਲ ਕਰਦੇ ਆਂਗੇ ਵਿਧਾਨਿਕ ਸ਼ਕਤੀਆਂ ਦੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਕਿ ਜਿਹੜਾ ਰਾਸ਼ਟਰਪਤੀ ਆਗਾ ਉਹ ਸੰਸਦ ਦਾ ਮੁੱਖ ਅੰਗ ਹੁੰਦਾਗਾ ਜਦੋਂ ਕੋਈ ਵੀ ਬਿੱਲ ਦੋਹਾਂ ਸਦਨਾਂ ਦੇ ਵਿੱਚੋਂ ਪਾਸ ਹੋ ਜਾਂਦਾਗਾ ਤਾਂ ਉਹ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਹੀ ਕਾਨੂੰਨ ਬਣਦਾਗਾ ਜੇਕਰ ਰਾਸ਼ਟਰਪਤੀ ਦੀ ਮਨਜ਼ੂਰੀ ਨਹੀਂ ਮਿਲਦੀ ਤਾਂ ਕੋਈ ਵੀ ਜਿਹੜਾ ਬਿੱਲ ਆਗਾ ਉਹ ਕਾਨੂੰਨ ਨਹੀਂ ਬਣ ਸਕਦਾ ਤੇ ਵਿਧਾਨਿਕ ਸ਼ਕਤੀਆਂ ਦੇ ਵਿੱਚੋਂ ਤੁਸੀਂ ਦੋ ਜਿਹੜੇ ਮਹੱਤਵਪੂਰਨ ਆਰਟੀਕਲ ਨੇ ਉਹ ਯਾਦ ਰੱਖਣੇ ਨੇਗੇ ਪਹਿਲਾ ਹੈਗਾਗਾ ਆਰਟੀਕਲ 85 ਇਹਦੇ ਵਿੱਚ ਇਹ ਕਿਹਾ ਗਿਆਗਾ ਕਿ ਜਿਹੜਾ ਰਾਸ਼ਟਰਪਤੀ ਹੈਗਾ ਉਹ ਲੋਕ ਸਭਾ ਨੂੰ ਭੰਗ ਕਰ ਸਕਦਾਗਾ ਤੇ ਲੋਕ ਸਭਾ ਨੂੰ ਭੰਗ ਕਰਨ ਸਮੇਂ ਜਿਹੜਾ ਰਾਸ਼ਟਰਪਤੀ ਆਗੇ ਉਹ ਪ੍ਰਧਾਨ ਮੰਤਰੀ ਦੀ ਸਲਾਹ ਲੈਂਦਾਗਾ ਤੇ ਦੂਸਰਾ ਹੈਗਾਗਾ ਆਰਟੀਕਲ 123 ਜਿਹਦੇ ਵਿੱਚ ਰਾਸ਼ਟਰਪਤੀ ਦੇ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਦਾ ਵਰਣਨ ਕੀਤਾ ਗਿਆਗਾ ਹੁਣ ਗੱਲ ਕਰਦੇ ਆਂਗੇ ਰਾਸ਼ਟਰਪਤੀ ਦੀਆਂ ਨਿਆਇਕ ਸ਼ਕਤੀਆਂ ਦੀ ਇਹਦੇ ਵਿੱਚ ਵੀ ਤੁਸੀਂ ਦੋ ਆਰਟੀਕਲ ਯਾਦ ਰੱਖਣੇ ਨੇਗੇ ਪਹਿਲਾ ਹੈਗਾਗਾ ਆਰਟੀਕਲ 72 ਇਦੇ ਵਿੱਚ ਇਹ ਕਿਹਾ ਗਿਆਗਾ ਕਿ ਕਿਸੇ ਵੀ ਮਾਮਲੇ ਤੇ ਰਾਸ਼ਟਰਪਤੀ ਦੇਸ਼ ਦੇ ਕਿਸੇ ਅਪਰਾਧੀ ਦੀ سزا ਜਾਂ ਤਾਂ ਮਾਫ ਕਰ ਸਕਦਾਗਾ ਜਾਂ ਕੱਟ ਕਰ ਸਕਦਾਗਾ। ਅਗਲਾ ਹੈਗਾ ਕਾ ਆਰਟੀਕਲ 143। ਇਹਦੇ ਵਿੱਚ ਇਹ ਕਿਹਾ ਗਿਆਗਾ ਕਿ ਰਾਸ਼ਟਰਪਤੀ ਸਰਵਉੱਚ ਅਦਾਲਤ ਤੋਂ ਕਿਸੇ ਵੀ ਪ੍ਰਕਾਰ ਦੀ ਜਿਹੜੀ ਸਲਾਹ ਹੀ ਉਹ ਲੈ ਸਕਦਾਗਾ। ਤੇ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂਗੇ ਸਰਵਉੱਚ ਅਦਾਲਤ ਤੇ ਉੱਚ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਕਰਨ ਸੰਬੰਧੀ ਸ਼ਕਤੀ ਆ ਗਈ ਉਹ ਵੀ ਰਾਸ਼ਟਰਪਤੀ ਨੂੰ ਪ੍ਰਾਪਤ ਆ ਗਈ। ਅੱਗੇ ਗੱਲ ਕਰਦੇ ਹਾਂਗੇ ਰਾਸ਼ਟਰਪਤੀ ਦੀਆਂ ਆਪਾਤਕਾਲ ਸ਼ਕਤੀਆਂ ਦੀ ਰਾਸ਼ਟਰਪਤੀ ਨੂੰ ਨਾ ਤਿੰਨ ਤਰ੍ਹਾਂ ਦੀਆਂ ਆਪਾਤਕਾਲੀ ਸ਼ਕਤੀਆਂ ਪ੍ਰਾਪਤ ਨੇ ਗਈਆਂ ਤੇ ਆਪਾਤਕਾਲ ਸ਼ਕਤੀਆਂ ਨਾਲ ਸੰਬੰਧਿਤ ਆਰਟੀਕਲ 352 ਦਾ ਜਿਹਦੇ ਵਿੱਚ ਇਹ ਕਿਹਾ ਗਿਆਗਾ ਕਿ ਯੁੱਧ ਤੇ ਵਿਦੇਸ਼ੀ ਹਮਲੇ ਕਾਰਨ ਪੈਦਾ ਹੋਏ ਸੰਕਟ ਦੇ ਸਮੇਂ ਜਿਹੜਾ ਰਾਸ਼ਟਰਪਤੀ ਹੈਗਾ ਉਹ ਆਪਾਤਕਾਲ ਦੀ ਘੋਸ਼ਣਾ ਕਰ ਸਕਦਾਗਾ ਤੇ ਅੱਜ ਤੱਕ ਇਸ ਆਰਟੀਕਲ ਜਿਹੜੀ ਵਰਤੋ ਆ ਗਈ ਉਹ ਤਿੰਨ ਵਾਰੀ ਕੀਤੀ ਜਾ ਚੁੱਕੀ ਆ ਗਈ ਸਭ ਤੋਂ ਪਹਿਲਾਂ ਇਹ ਕੀਤੀ ਗਈ ਸੀਗੀ 1962 ਦੇ ਵਿੱਚ ਜਦੋਂ ਭਾਰਤ ਤੇ ਚੀਨ ਦੀ ਲੜਾਈ ਹੋਈ ਸੀਗੀ ਉਸ ਤੋਂ ਬਾਅਦ ਕੀਤੀ ਗਈ 1971 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਲੜਾਈ ਸਮੇਂ ਤੇ ਫਿਰ ਉਸ ਤੋਂ ਬਾਅਦ ਕੀਤੀ ਗਈ 1975 ਦੇ ਵਿੱਚ ਜਦੋਂ ਦੇਸ਼ ਦੇ ਵਿੱਚ ਅੰਦਰੂਨੀ ਅਸ਼ਾਂਤੀ ਦਾ ਜਿਹੜਾ ਮਾਹੌਲ ਸੀਗਾ ਉਹ ਪੈਦਾ ਹੋ ਗਿਆ ਸੀ ਅਗਲਾ ਹੈਗਾ ਕਾ ਆਰਟੀਕਲ 356 ਇਦੇ ਵਿੱਚ ਇਹ ਕਿਹਾ ਗਿਆਗਾ ਕਿ ਰਾਜ ਦੀ ਸੰਵਿਧਾਨਿਕ ਕਮਿਸ਼ਨਰੀ ਫੇਲ ਹੋਣ ਨਾਲ ਪੈਦਾ ਹੋਏ ਸੰਕਟ ਦੇ ਸਮੇਂ ਜਿਹੜਾ ਰਾਸ਼ਟਰਪਤੀ ਆਗਾ ਉਹ ਇਸ ਆਰਟੀਕਲ ਦੀ ਵਰਤੋਂ ਕਰ ਸਕਦਾਗਾ ਅਗਲਾ ਜਿਹੜਾ ਆਰਟੀਕਲ ਆਗਾ 360 ਹੈਗਾ ਜਿਹੜਾ ਕਿ ਵਿੱਤੀ ਸੰਕਟ ਕਾਲ ਨਾਲ ਸੰਬੰਧਿਤ ਆਗਾ ਜਿਵੇਂ ਕਿ ਦੇਸ਼ ਦੇ ਵਿੱਚ ਧੰਨ ਦੀ ਕਮੀ ਹੋ ਗਈ ਭੁੱਖਮਰੀ ਫੈਲ ਗਈ ਤਾਂ ਰਾਸ਼ਟਰਪਤੀ ਆ ਜਿਹੜਾ ਉਹ ਆਪਾਤਕਾਲ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਿੱਤੀ ਸੰਕਟ ਦੀ ਘੋਸ਼ਣਾ ਕਰ ਸਕਦਾਗਾ ਇਸ ਆਰਟੀਕਲ ਜਿਹੜੀ ਵਰਤੋਂ ਆਗੀ ਉਹ ਹੁਣ ਤੱਕ ਇੱਕ ਵਾਰ ਵੀ ਨਹੀਂ ਕੀਤੀ ਗਈ ਹੈਗੀ ਜਿਹੜਾ ਕਿ ਕਾਫੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈਗਾ ਤੇ ਇਹ ਐਗਜ਼ਾਮ ਦੇ ਵਿੱਚ ਨਾ ਇਸ ਤਰ੍ਹਾਂ ਪੁੱਛਿਆ ਜਾ ਸਕਦਾਗਾ ਵੀ ਰਾਸ਼ਟਰਪਤੀ ਦੀ ਕਿਸ ਆਪਾਤਕਾਲ ਦੀ ਸ਼ਕਤੀ ਦੀ ਵਰਤੋਂ ਹੁਣ ਤੱਕ ਇੱਕ ਵਾਰ ਵੀ ਨਹੀਂ ਕੀਤੀ ਗਈ ਤੇ ਉਹ ਕਿਸ ਆਰਟੀਕਲ ਨਾਲ ਰਿਲੇਟਡ ਹੈਗਾ ਦਾ ਅਨਸਰ ਤੁਹਾਨੂੰ ਪਤਾ ਹੋਣਾ ਚਾਹੀਦਾਗਾ ਤੇ ਇਹਦਾ ਅਨਸਰ ਹੈਗਾਗਾ ਆਰਟੀਕਲ 360 ਅੱਗੇ ਹੈਗਾਗਾ ਰਾਸ਼ਟਰਪਤੀ ਦੀ ਪਾਕਟ ਵੀਟੋ ਪਾਵਰ ਜਦੋਂ ਕੋਈ ਬਿਲ ਨਾ ਸੰਸਦ ਦੇ ਵਿੱਚੋਂ ਪਾਸ ਹੋ ਕੇ ਰਾਸ਼ਟਰਪਤੀ ਕੋਲ ਮਨਜ਼ੂਰੀ ਦੇ ਲਈ ਆਉਂਦਾਗਾ ਤਾਂ ਰਾਸ਼ਟਰਪਤੀ ਉਸ ਬਿਲ ਉੱਤੇ ਆਪਣੀ ਪਾਕਟ ਵੀਟੋ ਪਾਵਰ ਦੀ ਵਰਤੋਂ ਕਰ ਸਕਦਾਗਾ ਉਹ ਕਿਵੇਂ ਇਸ ਤਰ੍ਹਾਂ ਜਿਹੜਾ ਰਾਸ਼ਟਰਪਤੀ ਆਗਾ ਉਹ ਬਿੱਲ ਨੂੰ ਨਾ ਤਾਂ ਸੰਸਦ ਦੇ ਕੋਲ ਵਾਪਸ ਭੇਜਦਾਗਾ ਤੇ ਨਾ ਹੀ ਉਹਨੂੰ ਮਨਜ਼ੂਰੀ ਦਿੰਦਾਗਾ ਮਤਲਬ ਕਿ ਉਹ ਆਪਣੇ ਕੋਲ ਇਹਨੂੰ ਅਨਿਸ਼ਚਿਤ ਸਮੇਂ ਦੇ ਲਈ ਜੇਬ ਦੇ ਵਿੱਚ ਰੱਖ ਲੈਂਦਾਗਾ ਇਹਨੂੰ ਆਪਾਂ ਬੋਲਦੇ ਆਂਗੇ ਪਾਕਟ ਵੀਟੋ ਪਾਵਰ ਇਸ ਪਾਵਰ ਦੀ ਜਿਹੜੀ ਵਰਤੋਂ ਆ ਗਈ ਉਹ ਭਾਰਤੀ ਡਾਕਰ ਬਿੱਲ ਤੇ ਕੀਤੀ ਗਈ ਸੀਗੀ ਤੇ ਇਹ ਕੀਤੀ ਗਈ ਸੀਗੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਦੁਆਰਾ ਅੱਗੇ ਆਪਾਂ ਇਸ ਟੌਪਿਕ ਦੇ ਕੁਝ ਹੋਰ ਮਹੱਤਵਪੂਰਨ ਪ੍ਰਸ਼ਨ ਦੇਖਦੇ ਆਂਗੇ ਪਹਿਲਾ ਪ੍ਰਸ਼ਨ ਹੈਗਾਗਾ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸੀ ਤਾਂ ਉਹ ਸੀਗੇ ਡਾਕਟਰ ਰਜਿੰਦਰ ਪ੍ਰਸ਼ਾਦ ਦੂਸਰਾ ਪ੍ਰਸ਼ਨ ਹੈਗਾਗਾ ਭਾਰਤ ਦੀ ਪਹਿਲੀ ਮੈਲਾ ਰਾਸ਼ਟਰਪਤੀ ਕੌਣ ਸੀ ਤਾਂ ਉਹ ਸੀ ਪ੍ਰਤਿਭਾ ਪਾਟੇਲ ਤੀਸਰਾ ਪ੍ਰਸ਼ਨ ਹੈਗਾਗਾ ਕਿੰਨੇ ਰਾਸ਼ਟਰਪਤੀਆਂ ਦੀ ਮੌਤ ਉਹਨਾਂ ਦੇ ਕਾਰਜਕਾਲ ਦੌਰਾਨ ਹੋਈ ਸੀ ਤਾਂ ਉਹ ਹੋਈ ਸੀ ਕਿ ਡਾਕਟਰ 자ਕਰ হোসেন ਦੀ ਤੇ ਫਖਰਉਦੀਨ ਅਲੀ ਅਹਿਮਦ ਦੀ ਚੌਥਾ ਪ੍ਰਸ਼ਨ ਹੈਗਾਗਾ ਭਾਰਤ ਦੇ ਪਹਿਲੇ ਮੁਸਲਮਾਨ ਰਾਸ਼ਟਰਪਤੀ ਕੌਣ ਸੀ ਤਾਂ ਉਹ ਸੀਗੇ ਡਾਕਟਰ জাকਿਰ ਹੁਸੈਨ ਪੰਜਵਾਂ ਪ੍ਰਸ਼ਨ ਹੈਗਾਗਾ ਭਾਰਤ ਦੇ ਪਹਿਲੇ ਕਾਰਜਵਾਹਕ ਰਾਸ਼ਟਰਪਤੀ ਕੌਣ ਸੀ ਤਾਂ ਉਹ ਸੀਗੇ ਵੀ ਵੀ ਗਰੀ ਜਿਨ੍ਹਾਂ ਨੇ ਡਾਕਟਰ জাকਿਰ ਹੁਸੈਨ ਦੀ ਮੌਤ ਤੋਂ ਬਾਅਦ ਰਾਸ਼ਟਰਪਤੀ ਦੇ ਅਹੁਦੇ ਤੇ ਕਾਰਜਵਾਹਕ ਦੇ ਤੌਰ ਤੇ ਕੰਮ ਕੀਤਾ ਸੀਗਾ ਛੇਵਾਂ ਪ੍ਰਸ਼ਨ ਹੈਗਾਗਾ ਭਾਰਤੀ ਸਰਵਉੱਚ ਅਦਾਲਤ ਦੇ ਮੁੱਖ ਜੱਜ ਜੋ ਰਾਸ਼ਟਰਪਤੀ ਬਣੇ ਸੀ ਤਾਂ ਉਹ ਬਣੇ ਸੀਗੇ ਮੁਹੰਮਦ ਹਿਦਾਇਤੁੱਲਾ ਭਾਰਤੀ ਸਰਵੋਚ ਅਦਾਲਤ ਦੇ ਮੁੱਖ ਜੱਜ ਰਾਸ਼ਟਰਪਤੀ ਦੇ ਅਹੁਦੇ ਤੇ ਉਦੋਂ ਹੀ ਕੰਮ ਕਰ ਸਕਦੇ ਨੇ ਜਦੋਂ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੋਹਾਂ ਦਾ ਅਹੁਦਾ ਖਾਲੀ ਹੋ ਜਾਂਦਾ ਹੈ ਤਾਂ ਇਹ ਸੀਗਾ ਆਪਣਾ ਅੱਜ ਦਾ ਇੰਪੋਰਟੈਂਟ ਟੌਪਿਕ ਰਾਸ਼ਟਰਪਤੀ ਇਸ ਤੋਂ ਇਲਾਵਾ ਸਵਿਕਸ ਦੀਆਂ ਹੋਰ ਵੀਡੀਓਜ਼ ਵੀ ਸਾਡੇ ਚੈਨਲ ਤੇ ਅਪਲੋਡ ਨੇਗੀਆਂ ਜੋ ਤੁਸੀਂ ਚੈਨਲ ਦੀ ਪਲੇਲਿਸਟ 'ਚ ਜਾ ਕੇ ਦੇਖ ਸਕਦੇ ਹੋ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਹਾਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ